ਵਿਧਾਨਸਭਾ ਦੇ ਵਿੱਚ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਨੇ ਹੁਣ ਰਾਣਾ ਗੁਰਜੀਤ ਤੋਂ ਬਾਅਦ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਸ਼ਬਦੀ ਹਮਲੇ ਕੀਤੇ ਨੇ। ਰੇਤ ਦੀਆਂ ਖੱਡਾਂ ਦੀ ਨਿਲਾਮੀ ਨੂੰ ਲੈ ਕੇ ਉਹਨਾਂ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ, ਜਿਸ ਉੱਤੇ ਚਰਨਜੀਤ ਸਿੰਘ ਚੰਨੀ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹਨਾਂ 'ਤੇ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਸਾਰੇ ਬੇਬੁਨਿਆਦ ਨੇ ਅਤੇ ਉਹਨਾਂ ਸੁਖਪਾਲ ਸਿੰਘ ਖਹਿਰਾ ਨੂੰ ਖੁੱਲ੍ਹਾ ਚੈਲੰਜ ਕੀਤਾ ਕਿ ਉਹ ਖੁਦ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿੱਚ ਆ ਜਾਣ ਅਤੇ ਉੱਥੇ ਆ ਕੇ ਸੱਚ ਬੋਲਣ। ਉਹਨਾਂ ਇਸ ਦੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਉੱਤੇ ਮਾਣਹਾਨੀ ਦਾ ਕੇਸ ਠੋਕਣ ਦੀ ਵੀ ਗੱਲ ਆਖੀ। ਲੇਕਿਨ ਅੱਜ ਉਹੀ ਖਹਿਰਾ ਇੱਕ ਖੱਡ 'ਤੇ ਆ ਗਿਆ ਕਿ ਜੀ ਇੱਕ ਖੱਡ ਇਹਦੇ ਰਿਸ਼ਤੇਦਾਰਾਂ 'ਤੇ ਵੀ ਚਲੇ ਗਿਆ ਪਿੱਛੇ, ਹੁਣ ਕਹਿੰਦਾ ਜੀ ਰਿਸ਼ਤੇਦਾਰਾਂ ਦੇ ਅੱਗੇ ਜਾਣਕਾਰ ਚਲਾ ਰਹੇ ਹੈ। ਔਰ ਇਹ ਵੀ ਮੰਨ ਰਿਹਾ ਕਿ ਉਹ ਖੱਡ ਕਾਨੂੰਨੀ ਹੈ, ਗੈਰ ਕਾਨੂੰਨੀ ਨਹੀਂ ਹੈ। ਸੋ ਮੈਂ ਕਹਿਣਾ ਚਾਹੁੰਦਾ ਕਿ ਮੇਰੇ ਆਪਣਾ, ਮੇਰੇ ਪਰਿਵਾਰ ਦਾ, ਮੇਰੇ ਰਿਸ਼ਤੇਦਾਰ ਦਾ ਕਿਸੇ ਖੱਡ ਨਾਲ ਕੋਈ ਲੈਣ ਦੇਣ ਨਹੀਂ ਹੈ। ਮੇਰਾ, ਮੇਰੇ ਪਰਿਵਾਰ ਦਾ, ਮੇਰੇ ਰਿਸ਼ਤੇਦਾਰ ਦਾ ਇੱਕ ਵੀ ਪੈਸਾ ਕਿਸੇ ਜਾਇਜ਼ ਜਾਂ ਨਜਾਇਜ਼ ਖੱਡ ਦੇ ਵਿੱਚ ਲੱਗਿਆ ਹੋਵੇ ਤਾਂ ਮੈਂ ਦੇਣਦਾਰ ਹੈ। ਮੈਂ ਤਾਂ ਹੁਣ ਇੱਥੇ ਤੱਕ ਖਹਿਰਾ ਸਾਹਿਬ ਨੂੰ ਕਹਿਣਾ ਕਿ ਜੀ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਹਰਿਮੰਦਰ ਸਾਹਿਬ ਚੱਲਦਾ। ਹਰਿਮੰਦਰ ਸਾਹਿਬ ਤੋਂ ਉੱਪਰ ਤਾਂ ਆਪਣੇ ਵਾਸਤੇ ਕੋਈ ਚੀਜ਼ ਨਹੀਂ ਹੈ। ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਆ ਜਾਓ ਉੱਥੇ। ਮੈਂ ਆਪ ਅਰਦਾਸ ਕਰਾਂਗਾ, ਸਹੁੰ ਚੱਕਾਂਗਾ, ਤੁਸੀਂ ਸਹੁੰ ਜਾ ਚੱਕਿਓ। ਲੇਕਿਨ ਮੈਂ ਇਹ ਕਹਾਂਗਾ ਕਿ ਜੇ ਮੇਰਾ ਇੱਕ ਵੀ ਪੈਸਾ ਲੱਗਿਆ ਪੂਰੇ ਪੰਜਾਬ 'ਚ ਕਿਤੇ ਵੀ ਖੱਡ ਦੇ ਵਿੱਚ ਜਾਂ ਸ਼ਰਾਬ ਦੇ ਵਿੱਚ ਜਾਂ ਨਸ਼ੇ ਦੇ ਵਿੱਚ ਤਾਂ ਮੈਂ ਦੇਣਦਾਰ ਹਾਂ, ਨਹੀਂ ਤਾਂ ਖਹਿਰਾ ਸਾਹਿਬ ਦੇਣਦਾਰ ਹੋਣਗੇ। ਆ ਜਾਵੇ, ਮੈਂ ਤਾਂ ਖੁੱਲ੍ਹੀ ਉਹਨੂੰ ਚੈਲੰਜ ਕਰਦਾ, ਜਾਂ ਫਿਰ ਉਹ ਆਪਣੇ ਆਪ ਹੀ ਇਹ ਜਿਹੜੀਆਂ ਬੇਕਾਰ ਬੇਸਲੈਸ ਗੱਲਾਂ ਇਹ ਕਰਨੀਆਂ ਬੰਦ ਕਰੇ। ਔਰ ਮੈਨੂੰ ਜੇ ਇਸ ਤਰ੍ਹਾਂ ਹੀ ਤੰਗ ਕਰੀ ਜਾਏਗਾ ਤਾਂ ਮੈਨੂੰ ਮਜਬੂਰ ਹੋ ਕੇ ਉਹਦੇ ਖਿਲਾਫ਼ ਕੋਰਟ ਵੀ ਜਾਣਾ ਪਏਗਾ ਔਰ ਡੈਫੀਮੇਸ਼ਨ ਮਾਣਹਾਨੀ ਦਾ ਜਿਹੜਾ ਦਾਅਵਾ ਉਹਦੇ 'ਤੇ ਕਰਨਾ ਪਏਗਾ।